ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਿੰਬਲ ਆਫ ਨੌਲੇਜ ਭਾਰਤ ਦੇ ਉਹ ਮਹਾਨ ਵਿਅਕਤੀ ਬਾਰੇ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਕਹਾਵਤ ਤੁਸੀਂ ਜ਼ਰੂਰ ਸੁਣੀ ਹੋਵੇਗੀ ਕਿ ਘਰ ਫੂਕ ਤਮਾਸ਼ਾ ਵੇਖਣਾ ਤੇ ਜਿਨ੍ਹਾਂ ਨੇ ਆਪਣੇ ਘਰ ਫੂਕ ਕੇ ਤਮਾਸ਼ਾ ਵੇਖਿਆ ਭਾਰਤ ਦੇ ਕਰੋੜਾਂ ਲੋਕਾਂ ਨੂੰ ਨਰਕ ਦੀ ਜ਼ਿੰਦਗੀ ਵਿੱਚੋਂ ਕੱਢ ਕੇ ਇੱਕ ਵਧੀਆ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਗੁਰਬਤ ਵਿੱਚ ਹੀ ਕੱਢੀ ਆਓ ਆਪਾਂ ਗੱਲ ਕਰਦੇ ਹਾਂ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਸੰਘਰਸ਼ ਦੇ ਦਿਨਾਂ ਦੀ ਜਦੋਂ ਡਾਕਟਰ ਭੀਮਰਾਓ ਅੰਬੇਦਕਰ ਜੀ ਦੂਜੀ ਵਾਰ ਲੰਡਨ ਗਏ ਤਾਂ ਉਸ ਸਮੇਂ ਬਾਬਾ ਜੀ ਦੇ ਆਰਥਿਕ ਹਾਲਾਤ ਬਹੁਤ ਜ਼ਿਆਦਾ ਵਿਗੜ ਚੁੱਕੇ ਸਨ ਤੇ ਉਹਨਾਂ ਦੀ ਘਰੇਲੂ ਸਥਿਤੀ ਬਹੁਤ ਹੀ ਚੰਗੀ ਨਹੀਂ ਸੀ ਤੇ ਜਿਹੜਾ ਵੀ ਕੁਝ ਧਨ ਇਕੱਠਾ ਕੀਤਾ ਸੀ ਉਹ ਰਮਾਬਾਈ ਨੇ ਉਹਨਾਂ ਨੂੰ ਦੇ ਕੇ ਲੰਡਨ ਪੜ੍ਹਾਈ ਕਰਨ ਲਈ ਭੇਜਿਆ ਲੰਡਨ ਨੂੰ ਵਿਦਾ ਕਰਨ ਸਮੇਂ ਮਾਤਾ ਰਮਾਬਾਈ ਨੇ ਡਾਕਟਰ ਭੀਮਰਾਓ ਅੰਬੇਦਕਰ ਜੀ ਨੂੰ ਇੱਕ ਪੋਟਲੀ ਦਿੱਤੀ ਜਿਸ ਵਿੱਚ ਰਾਤ ਦੀਆਂ ਬੱਚੀਆਂ ਖੁਚੀਆਂ ਰੋਟੀਆਂ ਸੁਕਾ ਕੇ ਉਹਨਾਂ ਨੂੰ ਕੁੱਟ ਕੇ ਥੋੜੀ ਜਿਹੀ ਸ਼ੱਕਰ ਮਿਲਾ ਕੇ ਲੱਡੂ ਬਣਾ ਕੇ ਦਿੱਤੇ। ਬਾਬਾ ਸਾਹਿਬ ਲੰਡਨ ਆ ਕੇ ਆਪਣੀ ਥੀਸਿਸ ਪੂਰੀ ਕਰਨ ਲੱਗੇ। ਉਹ ਆਪਣੀ ਪੜ੍ਹਾਈ ਤੇ ਇੰਨੀ ਮਿਹਨਤ ਕਰਦੇ ਕਿ ਪੂਰਾ ਪੂਰਾ ਦਿਨ ਲਾਇਬ੍ਰੇਰੀ ਵਿੱਚ ਹੀ ਪੜ੍ਹਦੇ ਰਹਿੰਦੇ। ਲੰਚ ਦੇ ਸਮੇਂ ਜਦੋਂ ਸਾਰੇ ਲੋਕ ਕੰਟੀਨ ਵਿੱਚ ਚਲੇ ਜਾਂਦੇ ਤਾਂ ਬਾਬਾ ਸਾਹਿਬ ਅੰਬੇਦਕਰ ਜੀ ਲਾਇਬ੍ਰੇਰੀ ਵਿੱਚ ਹੀ ਬੈਠ ਕੇ ਪੜ੍ਹਦੇ ਰਹਿੰਦੇ ਤੇ ਚੁੱਪ ਕੇ ਚੁੱਪ ਕੇ ਆਪਣੀ ਜੇਬ ਵਿੱਚੋਂ ਲੱਡੂ ਕੱਢਦੇ ਤੇ ਭੁੱਖ ਨੂੰ ਸ਼ਾਂਤ ਕਰਨ ਲਈ ਖਾ ਲੈਂਦੇ ਬਾਬਾ ਸਾਹਿਬ ਜੀ ਦਾ ਇੱਕ ਅੰਗਰੇਜ਼ ਮਿੱਤਰ ਜੋ ਕਿ ਬਾਬਾ ਸਾਹਿਬ ਜੀ ਬੱਲੀ ਖਾਸ ਧਿਆਨ ਰੱਖਦਾ ਸੀ ਉਹ ਬਾਬਾ ਜੀ ਦੇ ਵਿਵਹਾਰ ਤੋਂ ਪਰੇਸ਼ਾਨ ਸੀ ਕਿ ਬਾਬਾ ਸਾਹਿਬ ਜੀ ਸਾਰਾ ਸਾਰਾ ਦਿਨ ਲਾਇਬ੍ਰੇਰੀ ਵਿੱਚ ਬੈਠ ਕੇ ਪੜ੍ਹਦੇ ਰਹਿੰਦੇ ਹਨ ਤੇ ਲੰਚ ਵੀ ਨਹੀਂ ਕਰਦੇ ਉਹ ਹਰ ਰੋਜ਼ ਬਾਬਾ ਜੀ ਨੂੰ ਨੋਟਸ ਵੀ ਕਰਦਾ ਸੀ ਇੱਕ ਦਿਨ ਲੰਚ ਦੇ ਸਮੇਂ ਜਦੋਂ ਸਾਰੇ ਲੋਕ ਬਾਹਰ ਨਿਕਲ ਗਏ ਤਾਂ ਕੇਵਲ ਬਾਬਾ ਸਾਹਿਬ ਜੀ ਤਾਂ ਬਾਬਾ ਸਾਹਿਬ ਜੀ ਲਾਇਬ੍ਰੇਰੀ ਵਿੱਚ ਰਹਿ ਗਏ ਤੇ ਲੱਡੂ ਖਾਣ ਹੀ ਲੱਗੇ ਸੀ ਕਿ ਅੰਗਰੇਜ਼ ਮਿੱਤਰ ਨੇ ਉਹਨਾਂ ਨੂੰ ਰੰਗੇ ਹੱਥੀ ਫੜ ਲਿਆ ਤੇ ਬੋਲਿਆ ਭੀਮ ਜੀ ਤੁਸੀਂ ਇਹ ਸਵਾਦ ਸ ਲੱਡੂ ਖਾਂਦੇ ਹੋ ਲੰਚ ਵਿੱਚ ਸਭ ਤੋਂ ਸੁਪਾਸਾ પા ਕੇ ਕਿ ਉਸ ਅੰਗਰੇਜ਼ ਮਿੱਤਰ ਨੇ ਬਾਬਾ ਸਾਹਿਬ ਜੀ ਦੇ ਹੱਥ ਵਿੱਚੋਂ ਲੱਡੂ ਖੋ ਲਿਆ ਅਤੇ ਬੋਲਿਆ ਕਿ ਇਹ ਲੱਡੂ ਅੱਜ ਮੈਂ ਖਾਊਂਗਾ ਜਰੂਰ ਭਾਬੀ ਜੀ ਨੇ ਤੁਹਾਨੂੰ ਬਣਾ ਕੇ ਦਿੱਤੇ ਹੋਣੇ ਆ ਬਾਬਾ ਸਾਹਿਬ ਜੀ ਚਾਹੁੰਦੇ ਸਨ ਕਿ ਉਹ ਅੰਗਰੇਜ਼ ਮਿੱਤਰ ਲੱਡੂ ਨਾ ਖਾਵੇ ਅਤੇ ਬਾਬਾ ਸਾਹਿਬ ਜੀ ਨੇ ਅੰਗਰੇਜ਼ ਮਿੱਤਰ ਨੂੰ ਕਿਹਾ ਕਿ ਤੁਸੀਂ ਇਹ ਲੱਡੂ ਮੈਨੂੰ ਵਾਪਸ ਦੇ ਦੇਵੋ ਪਰ ਉਹ ਅੰਗਰੇਜ਼ ਮਿੱਤਰ ਬਾਬਾ ਸਾਹਿਬ ਜੀ ਦੀ ਪੀੜਾ ਨੂੰ ਨਾ ਸਮਝਿਆ ਤੇ ਉਹ ਲੱਡੂ ਦਿਖਾ ਦਿਖਾ ਕੇ ਬਾਬਾ ਸਾਹਿਬ ਜੀ ਨੂੰ ਚੜਾ ਰਿਹਾ ਸੀ ਤੇ ਉਹ ਅੰਗਰੇਜ਼ ਮਿੱਤਰ ਕਹਿਣ ਲੱਗਿਆ ਕਿ ਜਰੂਰ ਇਹ ਲੱਡੂ ਚਮਤਕਾਰੀ ਹੋਣਗੇ ਜਿਨ੍ਹਾਂ ਨੂੰ ਖਾ ਕੇ ਤੁਸੀਂ ਸਭ ਤੋਂ ਕਾਬਲ ਇਨਸਾਨ ਬਣ ਗਏ ਬਾਬਾ ਸਾਹਿਬ ਜੀ ਨੂੰ ਪਤਾ ਲੱਗ ਗਿਆ ਕਿ ਉਹਨਾਂ ਦਾ ਅੰਗਰੇਜ਼ ਮਿੱਤਰ ਹੁਣੇ ਮੰਨਣ ਵਾਲਾ ਨਹੀਂ ਹੈ ਤੇ ਬਾਬਾ ਸਾਹਿਬ ਜੀ ਨੇ ਉਸ ਅੰਗਰੇਜ਼ ਮਿੱਤਰ ਨੂੰ ਕਿਹਾ ਕਿ ਇਹ ਲੱਡੂ ਤੁਹਾਡੇ ਖਾਣ ਯੋਗ ਨਹੀਂ ਹਨ ਤੇ ਬਾਬਾ ਸਾਹਿਬ ਜੀ ਨੇ ਕਿਹਾ ਇਹ ਲੱਡੂ ਮੇਰੀ ਅਸ਼ੂਤ ਅਤੇ ਗਰੀਬ ਹੋਣ ਦੀ ਨਿਸ਼ਾਨੀ ਹੈ ਇਹ ਲੱਡੂ ਮੇਰੀ ਪਤਨੀ ਰਮਾ ਨੇ ਰਾਤ ਦੀ ਬਚੀਆਂ ਹੋਈਆਂ ਰੋਟੀਆਂ ਨੂੰ ਸੁਕਾ ਕੇ ਕੁੱਟ ਕੇ ਤੇ ਉਸ ਵਿੱਚ ਥੋੜੀ ਜਿਹੀ ਚੱਕਰ ਮਿਲਾ ਕੇ ਦਿੱਤੇ ਨੇ ਜੋ ਕਿ ਮੈਂ ਆਪਣੀ ਭੁੱਖ ਨੂੰ ਸ਼ਾਂਤ ਕਰਨ ਲਈ ਖਾ ਲੈਂਦਾ ਹਾਂ ਮੇਰੇ ਕੋਲ ਇਨਾ ਧਨ ਨਹੀਂ ਕਿ ਮੈਂ ਕੰਟੀਨ ਤੋਂ ਸਾਰੇ ਦੋਸਤਾਂ ਦੇ ਨਾਲ ਨਾਸ਼ਤਾ ਕਰ ਸਕਾਂ ਮੇਰੇ ਦੇਸ਼ ਦੇ ਵਿੱਚ ਕਰੋੜਾਂ ਇਹੋ ਜਿਹੇ ਲੋਕ ਹਨ ਜਿਨ੍ਹਾਂ ਨੂੰ ਬੱਚੀ ਖੁਚੀ ਰੋਟੀ ਵੀ ਨਹੀਂ ਮਿਲਦੀ ਪਾਣੀ ਵੀ ਨਹੀਂ ਮਿਲਦਾ ਪੜਨ ਦਾ ਅਧਿਕਾਰ ਨਹੀਂ ਹੈ ਮੇਰੇ ਪਰਿਵਾਰ ਵਿੱਚ ਵੀ ਇਹੀ ਸਮੱਸਿਆ ਹੈ ਤੇ ਹੁਣ ਮੈਨੂੰ ਮੌਕਾ ਮਿਲਿਆ ਹੈ ਤੇ ਮੈਂ ਪੜ ਕੇ ਆਪਣੇ ਸਮਾਜ ਦੇ ਲੋਕਾਂ ਦੇ ਅਧਿਕਾਰਾਂ ਦੀ ਜੰਗ ਲੜਾਂ ਮੈਂ ਆਪਣੇ ਗਿਆਨ ਦੇ ਸ਼ਸਤਰ ਨਾਲ ਉਹਨਾਂ ਨੂੰ ਗੁਰਬਤ ਦੀਆਂ ਬੀੜੀਆਂ ਚੋਂ ਮੁਕਤ ਕਰਨਾ ਚਾਹੁੰਦਾ ਹਾਂ ਉਹਨਾਂ ਨੂੰ ਗੁਲਾਮੀ ਦੀਆਂ ਬੀੜੀਆਂ ਚੋਂ ਮੁਕਤ ਕਰਨਾ ਚਾਹੁੰਦਾ ਹਾਂ ਤੇ ਇਸ ਲਈ ਮੈਂ ਦੁਬਾਰਾ ਪੜਨ ਲਈ ਆਇਆ ਹਾਂ ਬਾਬਾ ਸਾਹਿਬ ਜੀ ਦੀ ਇਹ ਗੱਲ ਸੁਣ ਕੇ ਉਸ ਅੰਗਰੇਜ਼ ਮਿੱਤਰ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਅਤੇ ਉਹ ਕਹਿਣ ਲੱਗਾ ਤਾਂ ਨੂੰ ਤੁਸੀਂ ਤਾਂ ਨਾ ਭਾਰਤ ਦੇਸ਼ ਜਿਸ ਵਿੱਚ ਤੁਸੀਂ ਜਨਮ ਲਿਆ ਤੇ ਤਾਂ ਉਹ ਪਤਨੀ ਜੋ ਤੁਹਾਨੂੰ ਗੋਹੇ ਦੀਆਂ ਪਾਥੀਆਂ ਵੇਚ-ਵੇਚ ਕੇ ਤੁਹਾਡੇ ਪੜਨ ਦੇ ਲਈ ਪੈਸਾ ਭੇਜ ਰਹੀ ਹੈ ਜਦੋਂ ਵੀ ਮੈਨੂੰ ਭਾਰਤ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਉਸ ਦੇਵੀ ਦੇ ਯਾਨੀ ਕਿ ਰਮਾਬਾਈ ਜੀ ਦੇ ਦਰਸ਼ਨ ਜ਼ਰੂਰ ਕਰਾਂਗਾ ਸੋ ਦੋਸਤੋ ਸਾਨੂੰ ਵੀ ਬਾਬਾ ਸਾਹਿਬ ਅੰਬੇਦਕਰ ਜੀ ਦੀਆਂ ਸਿੱਖਿਆਵਾਂ ਤੇ ਚੱਲ ਕੇ ਆਪਣੇ ਸਮਾਜ ਦੇ ਲਈ ਨਿਮਾਣੇ ਤੇ ਨਿਤਾੜੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਸੋ ਦੋਸਤੋ ਇਹ ਤਾਂ ਸੀ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਨਾਲ ਜੁੜੀ ਹੋਈ ਇੱਕ ਕਹਾਣੀ ਜੇਕਰ ਤੁਸੀਂ ਇਦਾਂ ਦੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਓ ਧੰਨਵਾਦ